ਹਾਂਜੀ ਬਟਾ ਆਪਾਂ ਗੁਰੂ ਨਾਨਕ ਦੇਵ ਜੀ ਦਾ ਹੈ ਪਹਿਲਾ ਕਾਲ ਜਿਹੜਾ ਸੀ 1499 ਤੱਕ ਦਾ ਤੇ ਉਹਦੇ ਚ ਆ ਜਾਂਦਾ ਉਹਨਾਂ ਦਾ ਵਿਆਹ ਬਚਪਨ ਹਨਾ ਸਿੱਖਿਆ ਤੇ ਗਿਆਨ ਪ੍ਰਾਪਤੀ ਇਹ ਪੁਆਇੰਟਸ ਆ ਜਾਂਦੇ ਆ ਤੇ ਦੂਜਾ ਕਾਲ ਹੈ ਜਿਹੜਾ 1499 ਤੋਂ ਲੈ ਕੇ ਸ਼ੁਰੂ ਹੁੰਦਾ ਹੈ ਤੇ ਉਹਦੇ ਚ ਆ ਜਾਂਦੀਆਂ ਉਹਨਾਂ ਦੀਆਂ ਉਦਾਸੀਆਂ ਤੇ ਉਹ 1521 ਤੱਕ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਆਪਾਂ ਜਿਹੜਾ ਉਦਾਸੀਆਂ ਵਾਲਾ ਹੈ ਆਨਲਾਈਨ ਕਲਾਸ ਦੇ ਵਿੱਚ ਦੋਨੋਂ ਦਿਨ ਦੇ ਵਿੱਚ ਆਪਾਂ ਡਿਸਕਸ ਕਰ ਲਿਆ ਹੋਇਆ ਤੇ ਅੱਜ ਹੁਣ ਆਪਾਂ ਤੀਜੇ ਕਾਲ ਵਾਲੀ ਗੱਲ ਕਰਾਂਗੇ ਆ ਪਰਪੋਰ ਵਿਖੇ ਨਿਵਾਸ ਪਹਿਲਾਂ ਤਾਂ ਇੱਥੇ ਇਹਨਾਂ ਨੇ ਕਿਹਾ ਨਾ ਡਾਕਟਰ ਐਸਐਸ ਕੋਲੀ ਦੇ ਸ਼ਬਦਾਂ ਨੇ ਨਾਲ ਅਸੀਂ ਸਹਿਮਤ ਆ ਕਿ ਕੀ ਕਿਹਾ ਸੀ ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਇੱਕ ਪਵਿੱਤਰ ਉਦੇਸ਼ ਨੂੰ ਪੂਰਾ ਕਰਨਾ ਚਾਹੁੰਦੇ ਸਨ ਅਤੇ ਇਸ ਵਿੱਚ ਉਹਨਾਂ ਨੂੰ ਚਮਤਕਾਰੀ ਸਫਲਤਾ ਮਿਲੀ ਕਿਹਦੇ ਦੌਰਾਨ ਆਪਣੀਆਂ ਯਾਤਰਾਵਾਂ ਦੀ ਆਪਣੀਆਂ ਉਦਾਸੀਆਂ ਦੀ ਸੋ ਤੀਜਾ ਕਾਲ ਹੈ ਜਿਹੜਾ 1521 ਤੋਂ ਲੈ ਕੇ 39 ਤੱਕ ਦਾ ਸਮਾਂ ਤੇ ਯਾਤਰਾਵਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਜਦੋਂ ਫਿਰ ਕਰਤਾਰਪੁਰ ਵਿਖੇ ਆ ਕੇ ਉਹਨਾਂ ਨੇ ਨਿਵਾਸ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕਿਨਾਰੇ 1521 ਵਿੱਚ ਕਰਤਾਰਪੁਰ ਭਾਵੀਸ਼ਰ ਦਾ ਨਗਰ ਨਾਂ ਦੇ ਨਗਰ ਦੀ ਸਥਾਪਨਾ ਕੀਤੀ ਇਸੇ ਸਥਾਨ 'ਤੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖਰੀ 18 ਸਾਲ ਬਤੀਤ ਕੀਤੇ ਇਸ ਦਰਾਂਨ ਗੁਰੂ ਜੀ ਨੇ ਸੰਗਤ ਤੇ ਪੰਗਤ ਨਾਮ ਦੀਆਂ ਸੰਸਥਾਵਾਂ ਸੀ ਉਹਨਾਂ ਦੀ ਵੀ ਸਥਾਪਨਾ ਕੀਤੀ ਇਹ ਉਸਨੋਂ ਵੇਟ ਤੋਂ ਨਾ ਆਿੰਦਾ ਸੰਗਤ ਤੇ ਪੰਗਤ ਤੋਂ ਕੀ ਭਾਵ ਹੈ ਸੋ ਇਹ ਤੁਸੀਂ ਧਿਆਨ ਦੇ ਨਾਲ ਕਰ ਲੈਣਾ ਨਾਲ ਹੀ ਇਹ ਜਦ ਸੰਗਤ ਤੋਂ ਭਾਵ ਹੈ ਉਸ ਇਕੱਠ ਤੋਂ ਜੋ ਰੋਜ਼ਾਨਾ ਅ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਦੇ ਲਈ ਜੁੜਦਾ ਸੀ ਜਦੋਂ ਗੁਰਵਾਣੀ ਜਾਂ ਪਰਮਾਤਮਾ ਦੇ ਵਿਚਾਰ ਜਾਂ ਕਿਸੇ ਮਹਾਂਪੁਰਖ ਤੋਂ ਚੰਗੇ ਵਿਚਾਰ ਸੁਣਨ ਨੂੰ ਮਿਲਣੇ ਜਦੋਂ ਇਕੱਠੇ ਹੋ ਕੇ ਸਾਰੇ ਜਿਹੜੇ ਇਹ ਉਪਦੇਸ਼ ਕਿਸੇ ਦੁਆਰਾ ਦਿੱਤਾ ਹੋਇਆ ਸੁਣਦੇ ਆ ਤਾਂ ਉਹ ਕੀ ਇੱਕ ਜੁੜ ਜਾਂਦੀ ਹੈ ਸੰਗਤ ਇਸ ਸੰਗਤ ਵਿੱਚ ਹਰ ਪੁਰਸ਼ ਇਸਤਰੀ ਬਿਨਾਂ ਕਿਸੇ ਵਿਅਤਕਰੀ ਤੋਂ ਉਹਨਾਂ ਨੂੰ ਬੈਠਣ ਦਾ ਅਧਿਕਾਰ ਸੀ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਦਾ ਹੀ ਜਾਪ ਹੁੰਦਾ ਸੀ ਪੰਗਤ ਤੋਂ ਭਾਵ ਕੀ ਆਂਦਾ ਇਸ ਦੇ ਵਿੱਚ ਇੱਕ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ ਲੰਗਰ ਦੇ ਵਿੱਚ ਕੀ ਜਾਤ ਪਾਤ ਜਾਂ ਧਰਮ ਦਾ ਕੋਈ ਵਿਤਕਰਾਨੀ ਸੀ ਕੀਤਾ ਇਹਦਾ ਨੋਮੀ ਸੰਸਥਾਵਾਂ ਸੀ ਜਿਹੜੀਆਂ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਸਾਰ ਕਰਨੇ ਦੇ ਵਿੱਚ ਸਹਾਇਕ ਹੋਈਆਂ ਤੇ ਇਸ ਤੋਂ ਇਲਾਵਾ ਇਲਾਕੇ ਵਿੱਚ ਮਤਲਬ ਕਿ ਇਸ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ ਜਿਹੜੀ ਕਿ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਗੁਰੂ ਸਾਹਿਬ ਦਾ ਇਹ ਕੰਮ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਲੜੈ ਮਾਤਾਪੂਰਨ ਸਦੂ ਹੋਇਆ ਗੁਰੂ ਸਾਹਿਬ ਦੀਆਂ ਪ੍ਰਮੁੱਖ ਬਾਣੀਆਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜਪਜੀ ਸਾਹਿਬ ਵਾਰ ਮਾਜ ਆਸਾ ਦੀ ਵਾਰ ਸਿੱਧ ਗੋਸ਼ਟ ਵਾਰ ਮਲਹਾਰ 12 ਮਾ ਤੇ ਪੱਟੀ ਅਗਲਾ ਪੁਆਇੰਟ ਹੈਗਾ ਉੱਤਰਾਧਿਕਾਰੀ ਦੀ ਨਾਮਜ਼ਦਗੀ ਹੁਣ 1539 ਈਸਵੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਇੱਕ ਪ੍ਰਸਿੱਧ ਸ਼ਰਧਾਲੂ ਭਾਈ ਲੈਣਾ ਜੀ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ ਭਾਵ ਉਹਨਾਂ ਨੂੰ ਗੁਰਗੱਦੀ ਦਿੱਤੀ ਗੁਰੂ ਸਾਹਿਬ ਨੇ ਭਾਈ ਲੈਣਾ ਜੀ ਨੂੰ ਇਹ ਗੁਰਗੱਦੀ ਉਹਨਾਂ ਦੀ ਗੁਰੂ ਘਰ ਪ੍ਰਤੀ ਆਪਣੀ ਜੜੀ ਹੈ ਸ਼ਰਦਾ ਤੇ ਅਨਤਕ ਸੇਵਾ ਸਦਕਾ ਜੜੀ ਦਿੱਤੀ ਹੈ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਪ੍ਰੀਖਿਆ ਹੋਈ ਸੀ ਭਾਈ ਲੈਣਾ ਜੀ ਦੀਆਂ ਨਾ ਤੇ ਸਾਖੀਆਂ ਤੁਸੀਂ ਸੁਣਦੇ ਆਂ ਤੇ ਜਿਨ੍ਹਾਂ ਦੇ ਵਿੱਚ ਉਹ ਹਰ ਇੱਕ ਪ੍ਰੀਖਿਆ ਦੇ ਵਿੱਚ ਪੂਰੇ ਉਤਰੇ ਸੀ ਭਾਈ ਸਾਹਿਬ ਗੁਰੂ ਸਾਹਿਬ ਨੇ ਭਾਈ ਲੈਣਾ ਜੀ ਨੂੰ ਇਹ ਗੁਰਗੱਦੀ ਉਹਨਾਂ ਦੇ ਹਾਂਜੀ ਅਨਤਕ ਸੇਵਾ ਕਰਕੇ ਦਿੱਤੀ ਤੇ ਗੁਰਨਾਨਕ ਦੇਵ ਜੀ ਨੇ ਇੱਕ ਨਾਰੀਅਲ ਤੇ ਪੰਜ ਪੈਸੇ ਭਾਈ ਲੈਣਾ ਜੀ ਨੂੰ ਮੱਥਾ ਟੇਕ ਕੇ ਸਿਸ ਨਵਾਇਆ ਤੇ ਇਸ ਤਰ੍ਹਾਂ ਭਾਈ ਲੈਣਾ ਜੀ ਗੁਰੂ ਅੰਗਦ ਬਣੇ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਨੂੰ ਕਾਇਮ ਕਰਕੇ ਸਿੱਖ ਪੰਥ ਦੇ ਵਿਕਾਸ ਲਈ ਇੱਕ অতি ਮਹੱਤਵਪੂਰਨ ਨਿਰਣੈ ਲਿਆ ਇਸ ਨਿਰਣੇ ਨੇ ਸਿੱਖ ਲਹਿਰ ਨੂੰ ਇੱਕ ਨਿਸ਼ਚਿਤ ਦਿਸ਼ਾ ਪ੍ਰਦਾਨ ਕੀਤੀ ਇਸ ਤਰ੍ਹਾਂ ਗੁਰਨਾਨਕ ਦੇਵ ਜੀ ਨੇ ਇੱਕ ਅਜਿਹਾ ਬੂਟਾ ਲਾਇਆ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਕਣੇ ਰੁੱਖ ਦਾ ਰੂਪ ਤਾਰਨ ਕਰ ਗਿਆ ਮਤਲਬ ਇੱਕ ਵੱਡਾ ਸੰਗਣਾ ਸ਼ਾਨਦਾਰ ਰੂਖ ਦਾ ਰੂਪ ਤਾਰਨ ਕਰ ਲਿਆ ਡਾਕਟਰ ਸੰਗਤ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਵੱਡੀ ਦੀਨ ਸੀ ਕਿ ਉਹਨਾਂ ਨੇ ਆਪਣੀ ਮਿਸ਼ਨ ਦੇ ਦੇ ਸੰਗਠਨ ਅਤੇ ਕਾਰਜਾਂ ਨੂੰ ਸਿਖਰ ਤੱਕ ਪਹੁੰਚਾਉਣ ਦੇ ਲਈ ਉੱਤਰ ਅਧਿਕਾਰੀ ਨੂੰ ਨਿਯੁਕਤ ਕੀਤਾ ਸੀ ਅੱਗੇ ਅਗਲਾ ਤੀਜਾ ਪੁਆਇੰਟ ਹੈ ਜੁੱਤੀ ਜੋ ਸੁਣਾਣਾ ਗੁਰੂ ਨਾਨਕ ਦੇਵ ਜੀ 22 ਸਤੰਬਰ 1537 ਈਸਵੀ ਨੂੰ ਬਰਤਾਰਪੁਰ ਵਿਖੇ ਜੋਤੀ ਜੋ ਸਮਾਗੀ ਤੇ ਗੁਰੂ ਸਾਹਿਬ ਨੂੰ ਉਹਨਾਂ ਦੇ ਮਹਾਨ ਕਾਰਜਾਂ ਸਦਕਾ ਨਾ ਕੇਵਲ ਭਾਰਤ ਬਲਕਿ ਵਿਸ਼ਵ ਇਤਿਹਾਸ ਦੇ ਵਿੱਚ ਇੱਕ ਉਗਾ ਉੱਚਾ ਸਥਾਨ ਜਿਹੜਾ ਉਹ ਪ੍ਰਾਪਤ ਹੈ ਸੋ ਅੱਗੇ ਆ ਜਿੰਨੀਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬੜੀਆਂ ਸਾਧੀਆਂ ਪ੍ਰਭਾਵਸ਼ਾਲੀ ਸਨ ਗੁਰੂ ਜੀ ਦੀਆਂ ਸਿੱਖਿਆਵਾਂ ਨੇ ਲੋਕਾਂ ਦੇ ਮਨਾਂ ਤੇ ਜਾਦੂਮਈ ਅਸਰ ਕੀਤਾ ਤੁਹਾਨੂੰ ਪਤਾ ਹੀ ਹੈ ਜੀ ਬੁਕਸ ਦੇ ਵਿੱਚ ਵੀ ਹੈ ਨਾ ਧਾਰਮਿਕ ਦੇ ਵਿੱਚ ਵੀ ਪੜਦੇ ਆ ਗੁਰੂ ਨਾਨਕ ਦੇਵ ਜੀ ਨੇ ਸਿੱਖਿਆਵਾਂ ਤੇ ਇਹ ਹੈ ਇਹਨਾਂ ਨੂੰ ਚਾਰ ਭਾਗਾਂ ਚ ਵੰਡਿਆ ਗਿਆ ਹੈ ਪਰਮਾਤਮਾ ਦਾ ਸਰੂਪ ਨੰਬਰ 2 ਮਨੁਨੁੱਖ ਵਿਅਕਤੀ ਦਾ ਸਰੂਪ ਨੰਬਰ 3 ਕੁਰਿਤੀਆਂ ਜਿਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨੇ ਖੰਡਨ ਕੀਤਾ ਤੇ ਨੰਬਰ 4 ਹੈ ਉੱਚਤਮ ਉਦੇਸ਼ ਦੇ ਜਿਹੜੇ ਹੈ ਸਾਧਨ ਸੋ ਇਹ ਵਟੇ ਫਿਰ ਕਰਾਂਗੇ ਆਪਾਂ ਇਹਨਾਂ ਤੁਸੀਂ ਕਰ ਲਓ